अदरू आना ना स्वर्ग बनाउंदी है जो घर नूं स्वर्ग बनाउंदी है। परम सत्कारयोग अजय जज साहब भी आए हैं जी, आए ने बुलाने जी सदे सुप्रीम सीनियर सिटीजन वेलफेयर एसोसिएशन दे समूह सूझवान मैंबर साहबान अज सारयां दा इत्थे पहुंचण दे पहला निघा स्वागत करते हुए उस परम पिता परमेश्वर अगे अरदास बेनती अजोई करदा हां ਕਿ ਸਾਰਿਆਂ ਨੂੰ ਸਿਹਤ ਆਦੀ ਤੰਦਰੁਸਤੀ ਬਖਸ਼ੇ। ਚੀਫ ਗੈਸ ਪਾ ਰਹੇ ਹਾਂ, ਬਸ ਦੋ ਮਿੰਟ ਚਾਹ ਦੋ ਜੀ। ਅੱਛਾ, ਅੱਜ ਅਸੀਂ ਮਹਿਲਾ ਦਿਵਸ ਨੂੰ ਮਨਾ ਰਹੇ ਹਾਂ। ਕਾਮਿਨੀ ਰਸੀ ਮਹਿਲਾ ਕਾਂਤਾ ਬਨੇਤਾ ਇਸਤਰੀ ਨਾਰੀ ਔਰ ਜਿਸ ਦੇ ਲਈ ਇਹ ਸ਼ਬਦ ਕਹੇ ਜਾਂਦੇ ਹਨ ਤੇ ਔਰਤ ਦੀ ਤੇ ਪਰਮ ਪਿਤਾ ਪਰਮੇਸ਼ਵਰ ਦੀ ਸਭ ਤੋਂ ਖੂਬਸੂਰਤ ਰਚਨਾ ਹੈ। ਔਰਤ ਨੂੰ ਅਸੀਂ ਮਾਂ, ਭੈਣ, ਦੇਵੀ, ਪਤਨੀ, ਪ੍ਰੇਮਿਕਾ ਅਤੇ ਧੀ ਦੇ ਰੂਪ ਵਿੱਚ ਬੁਲਾਉਂਦੇ ਹਾਂ। ਮਹਿਲਾ ਦਿਵਸ ਵਾਲੇ ਦਿਨ ਔਰਤ ਦੇ ਸਨਮਾਨ ਵਿੱਚ ਬਹੁਤ ਹੀ ਕਸੀਦੇ ਘੜੇ ਜਾਂਦੇ ਹਨ, ਪਰ ਉਸ ਵੇਲੇ ਬੜਾ ਮਨ ਦੁਖੀ ਹੁੰਦਾ ਹੈ ਜਦੋਂ ਦੂਸਰੇ ਦਿਨ ਅਖਬਾਰਾਂ ਚੈਨਲਾਂ ਦੇ ਵਿੱਚ ਔਰਤ ਦੇ ਪ੍ਰਤੀ ਬਹੁਤ ਹੀ ਭੱਦੇ ਸ਼ਬਦਾਵਲੀ ਵਾਲੇ ਸ਼ਬਦ ਕਹੇ ਜਾਂਦੇ ਹਨ। ਅੱਜ ਤੋਂ 550 ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਆਖੇ ਕਹੇ ਸਨ ਗੁਰਬਾਣੀ ਚ, ਸੋ ਕਿਉ ਮੰਦਾ ਆਖੀਐ ਜਿਤ ਜਮੈ ਰਜਾਨ। ਇਸ ਤੋਂ ਬਾਅਦ ਤੀਸਰੇ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਦੀ ਰਸਮ ਨੂੰ ਖਤਮ ਕਰਨ ਲਈ ਬਹੁਤ ਹੀ ਪੁਰਜੋੜ ਆਵਾਜ਼ ਉਠਾਈ ਸੀ ਅਤੇ ਔਰਤ ਦੇ ਪੁੰਦਰ ਵਿਆਹ ਤੇ ਵਿਆਹ ਦੀ ਰਸਮ ਨੂੰ ਬਿਲਕੁਲ ਜਾਇਜ਼ ਠਹਿਰਾਇਆ ਸੀ। ਇਸ ਤਰ੍ਹਾਂ ਇਸ ਤੋਂ ਪਹਿਲਾਂ ਜੋ ਔਰਤਾਂ ਨਾਲ ਇੱਕ ਸਾਲ 2022 ਦੇ ਵਿੱਚ ਮਹਿਲਾ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ 31,000 ਮਾਮਲੇ ਔਰਤ ਅਹਿੰਸਾ ਦੇ, ਬਲਾਤਕਾਰੀ ਦੇ ਅਤੇ ਈਵ ਟੀਜ਼ਿੰਗ ਦੇ ਮਾਮਲੇ ਦਰਜ ਹੋਏ ਹਨ ਜੋ ਕਿਸੇ ਰਿਕਾਰਡ ਵਿੱਚ ਨਹੀਂ ਆਏ। ਉਹ ਮਾਮਲੇ ਇਸ ਤੋਂ ਵੀ ਕਿਤੇ ਵੱਧ ਹਨ। ਔਰਤ ਨੇ ਹਰ ਖੇਤਰ ਵਿੱਚ ਸ਼ਲਾਘਾਯੋਗ ਤਰੱਕੀ ਕੀਤੀ ਹੈ। ਜਿਵੇਂ ਭਾਰਤ ਦੀ ਨਾਰੀ ਨੂੰ ਇਹ ਮਾਣ ਹੈ ਕਿ ਅੱਜ ਦੀ ਖਜ਼ਾਨਾ ਮੰਤਰੀ ਵੀ ਇੱਕ ਔਰਤ ਹੈ। ਫਸਟ ਪਰਸਨ ਆਫ ਦਾ
इंडिया भी एक औरत है जो राष्ट्रपति का अहुदा निभा रही है। औरत ने शलाघा योग काम करते बहुत काम किए हैं। माता गुजरी जी ने अपने छोटे साहबजादों को ਜਾਂਦਿਆਂ ਦਾ ਮਨੋਬਲ ਉੱਚਾ ਕੀਤਾ ਜਦੋਂ ਉਹ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਾਂਦੇ ਸਨ। ਇਸ ਤਰ੍ਹਾਂ ਇਹ ਖੇਡਾਂ ਦੇ ਖੇਤਰ ਵਿੱਚ ਪੀ.ਟੀ. ਊਸ਼ਾ ਹੋਰ ਇਸ ਤਰ੍ਹਾਂ ਔਰਤਾਂ ਨੇ ਬਹੁਤ ਹੀ ਨਾਮਣਾ ਖੱਟਿਆ ਹੈ। ਬੁਲਾਰ ਦੇ ਵਿੱਚ ਹਰਿਆਣੇ ਕਿਸ਼ੋਰੀ ਕਲਪਨ ਚਾਵਲਾ ਜੋ ਉਸ ਸਮੇਂ ਉਸਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹ ਵੀ ਇੱਕ ਔਰਤ ਸੀ। ਔਰਤਾਂ ਨੇ ਹਰ ਖੇਤਰ ਵਿੱਚ ਸਭ ਤੋਂ ਜ਼ਿਆਦਾ ਨਾਮਣਾ ਖੱਟਿਆ ਹੈ। ਅੱਜ ਮੈਂ ਇਹ ਗੱਲ ਕਹਿੰਦਾ ਹਾਂ ਕਿ ਕਰੋ ਕਰੋ ਅਸੀਂ ਪਰਮਾਤਮਾ ਦੇ ਬਹੁਤ ਧੰਨਵਾਦ ਹਾਂ।
ਹਾਲਾਂ ਸਾਡਾ ਫੋਰਮ ਇਹਨਾਂ ਕੋਲੋਂ ਸਰਵਿਸਿਸ ਦੂਸਰੇ ਤਰੀਕੇ ਨਾਲ ਇਹਨਾਂ ਦਾ ਬੈਨੀਫਿਟ ਲੈਣ ਦਾ ਸੀਗਾ ਥੋੜ੍ਹਾ ਜਿਹਾ ਕਿ ਅਸੀਂ ਕੰਜ਼ਿਊਮਰ ਫੋਰਮ ਦੇ ਬਾਰੇ 'ਚ ਵੀ ਜਾਣਦੇ ਲੇਕਿਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਫੋਕਸ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਮੈਡਮ ਦਾ ਆਪਣਾ ਹੀ ਪ੍ਰੋਗਰਾਮ ਹੈਗਾ ਇਹਨਾਂ ਦਾ ਹੀ ਉਹ ਹੈਗਾ ਅਤੇ ਅਸੀਂ ਉਹਦੇ ਵਿੱਚ ਵੀ ਕੰਟਰੀਬਿਊਸ਼ਨ ਕਰਦੇ ਹਾਂ ਮੈਡਮ ਨੇ ਉਰਮੀਲਾ ਬੰਸਲ ਇਹ ਜੱਜ ਨੇ ਅੱਜ ਕੱਲ੍ਹ ਡਿਸਟ੍ਰਿਕਟ ਕੰਜ਼ਿਊਮਰ ਰਿਡਰਸਲ ਫੋਰਮ ਦੇ ਕਮਿਸ਼ਨ ਦੇ ਵਿੱਚ ਬਰਨਾਲਾ 'ਚ ਆਪਣੀ ਸਰਵਿਸ ਦੇ ਰਹੇ ਇਹਨਾਂ ਦੇ ਨਾਲ ਇਹਨਾਂ ਦੇ ਹਸਬੈਂਡ ਨੇ ਪ੍ਰਵੀਨ ਬੰਸਲ ਪ੍ਰਵੀਨ ਕੁਮਾਰ ਬੰਸਲ ਇਹ ਵੀ ਜੱਜ ਨੇ ਅਫਕੋਰਸ ਸਿਵਲ ਸਰਵਿਸ ਦੇ ਕੰਟੇ ਇਹ ਤਾਂ ਇਸੇ ਸਰਵਿਸ ਦੇ ਵਿੱਚ ਸੀਗੇ ਇਹਨਾਂ ਨੇ ਵੀ ਰਿਡਰਸਲ ਫੋਰਮ ਦੇ ਉੱਤੇ ਹੀ ਕੰਮ ਕੀਤਾ ਇਹ ਕਪੂਰਥਲਾ 'ਚ ਇਹਨਾਂ ਨੇ ਸਰਵਿਸ ਦਿੱਤੀ ਪਰਮਾਤਮਾ ਦਾ ਕਿੰਨਾ ਸ਼ੁਕਰ ਹੈ ਕਿ ਦੋਨੋਂ ਇੱਕੋ ਲਾਈਨ ਦੇ ਨੇ ਕਈ ਵਾਰ ਐਸੇ ਵੀ ਮੌਕੇ ਆ ਜਾਂਦੇ ਨੇ ਜਿੱਥੇ ਆਪਸ ਵਿੱਚ ਵੀ ਗੱਲ ਕਰਨੀ ਪੈਂਦੀ ਅਗਰ ਸੇਮ ਲਾਈਨ 'ਤੇ ਹੋਣ ਤਾਂ ਸਮੱਸਿਆ ਬੜੀ ਛੇਤੀ ਹੱਲ ਹੋ ਜਾਂਦੀ ਹੈ ਓਪੀਨੀਅਨ ਮਿਲ ਜਾਂਦੀ ਹੈ ਡਿਫਰੈਂਟ ਐਂਗਲ ਨੇ ਸਾਰੀ ਸਾਡੇ ਲਈ ਬਹੁਤ ਹੀ ਵੈਲਿਊਏਬਲ ਨੇ ਆਏ ਨੇ ਬਹੁਤ ਬਹੁਤ ਧੰਨਵਾਦ ਹੁਣੇ ਹੁਣੇ ਸਾਡੇ ਥੋੜ੍ਹਾ ਜਿਹਾ ਇਹਨਾਂ ਨੂੰ ਇੰਤਜ਼ਾਰ ਕਰਾ ਰਹੇ ਹਾਂ ਅਸੀਂ ਕਿਉਂਕਿ ਸਾਡੇ ਏਰੀਆ ਕੌਂਸਲਰ ਮੈਡਮ ਗੁਰਬਖਸ਼ ਰਾਵਤ ਉਹਨਾਂ ਦਾ ਇੰਤਜ਼ਾਰ ਲਈ